ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਪਾਕ ਪਤਨ ਕਾਸ ਤੇ ਮੈਂ ਤੁਹਾਡਾ ਦੋਸਤ ਅਹਿਮਦ ਫਰਾਜ਼। ਅੱਜ ਮਾਸ਼ਾਅੱਲਾ ਰੈਡ ਫਰੀਜ਼ੀਅਨ, ਪਿੱਛੇ ਵੱਛੀ ਵੀ ਰੈਡ ਫਰੀਜ਼ੀਅਨ, ਮਾਸ਼ਾਅੱਲਾ ਸੈੱਟ ਆ ਗਿਆ ਬੜਾ ਖੂਬਸੂਰਤ। ਪਿੰਕ ਨੋਸ ਰੈਡ ਫਰੀਜ਼ੀਅਨ, ਵੱਛੀ ਬੜੀ ਖੂਬਸੂਰਤ ਰੈਡ ਫਰੀਜ਼ੀਅਨ, ਮਾਸ਼ਾਅੱਲਾ ਵੱਛੀ ਛੋਟਾ ਛੋਟਾ ਕੰਨ। ਦੂਸਰਾ ਸੁਬਹ ਸੂਈ ਰੈਡ ਫਰੀਜ਼ੀਅਨ, ਦੋਵਾਂ ਮਾਸ਼ਾਅੱਲਾ ਸੈੱਟ ਹੈ ਰੈਡ ਫਰੀਜ਼ੀਅਨ ਦਾ। ਟੋਰ ਫੇਰ ਕੇ ਤਸਲੀਆਂ ਉਸਨ, ਰੇਟ ਦੀ ਗੱਲਬਾਤ ਉਸੀ। ਸਭ ਤੋਂ ਪਹਿਲੇ ਰਿਕੁਐਸਟ ਹੈ ਕਿ ਆਪਣੇ ਇਸ ਚੈਨਲ ਕਰੋ ਲਾਈਕ ਤੇ ਸਬਸਕ੍ਰਾਈਬ ਤੇ ਨਾਲ ਲੱਗੀ ਘੰਟੀ ਦਾ ਬਟਨ ਦਬਾਓ, ਤਾਂ ਕਿ ਆਪਣੀ ਹਰ ਰੈਡ ਫਰੀਜ਼ੀਅਨ ਜੋੜ ਆਉਣ ਵਾਲਾ ਮੇਰੇ ਭਰਾ ਵੀਰ, ਮੇਰੇ ਸਬਸਕ੍ਰਾਈਬਰ ਦੇਖ ਸਕਣ। ਕਿਸੇ ਭਰਾ ਵੀਰ ਨੂੰ ਇਹ ਰੈਡ ਫਰੀਜ਼ੀਅਨ ਵੱਛੀ ਇਹ ਗਾਂ ਚਾਹੀਦੀ ਹੋਵੇ, ਪਰਚੇਸ ਕਰ ਸਕਦਾ। ਮੌਜੂਦਾ ਪਤਾ ਅੱਡਾ ਪੁੰਗਾ ਹਯਾਤ, ਤਹਿਸੀਲ ਸੀਲਾ ਪਾਕ ਪਤਨ ਸ਼ਰੀਫ। ਮੋਬਾਈਲ ਨੰਬਰ ਸਾਡਾ 0387584743। ਵਟਸਐਪ ਨੰਬਰ ਵੀ ਇਹੀ ਹੈ ਜੀ, ਲੋਕਲ ਨੰਬਰ ਵੀ ਇਹੀ ਹੈ। ਅੱਜ ਦਾ ਜੋੜਾ ਮੇਰਾ ਪਸੰਦੀਦਾ ਮਾਸ਼ਾਅੱਲਾ ਰੈਡ ਫਰੀਜ਼ੀਅਨ, ਮਾਂ ਵੀ ਦੀ ਵੀ ਵੱਛੀ ਬੜੀ ਖੂਬਸੂਰਤ। ਕੈਮਰਾਮੈਨ ਸਾਹਿਬ ਤਸੱਲੀਆਂ ਕਰੋ। ਲਓ ਜੀ ਮਾਸ਼ਾਅੱਲਾ, ਸਭ ਤੋਂ ਪਹਿਲੇ ਵੱਛੀ ਰੈਡ ਫਰੀਜ਼ੀਅਨ, ਪਿੰਕ ਨੋਸ, ਕਿਹੜਾ ਬਣਾ ਰੱਖੇਗਾ ਤੋਹਫਾ। ਮਾਸ਼ਾਅੱਲਾ ਮਾਵਾਂ ਦੀਆਂ ਮਾਸ਼ਾਅੱਲਾ ਰੈਡ ਫਰੀਜ਼ੀਅਨ ਆ ਗਈਆਂ, ਮਾਂ ਵੀ ਮਾਸ਼ਾਅੱਲਾ ਰੈਡ ਫਰੀਜ਼ੀਅਨ, ਵੱਛੀ ਵੀ। ਸਭ ਤੋਂ ਪਹਿਲੇ ਆਰਡਰ ਕੁਆਲਿਟੀ ਚੈੱਕ ਕਰਾਈ ਜਾਵੇ ਮਾਸ਼ਾਅੱਲਾ। ਖਾਲਸਾ ਮਾਨਾ ਦੁੱਧ ਵਾਲਾ, ਕੋਈ ਸਵੈਲਿੰਗ ਨਹੀਂ, ਕੋਈ ਲੋੜ ਨਹੀਂ। ਚੈੱਕ ਕਰੋ ਲਕੀਰ ਵਾਲਾ, ਮੁੱਠ ਭਰ ਥਣ ਪਾਵਰ ਵਾਲਾ ਹਵਾਨਾ ਮਾਸ਼ਾਅੱਲਾ, ਅੱਗੇ ਪਿੱਛੇ ਲਕੀਰ ਵਾਲਾ ਮਾਸ਼ਾਅੱਲਾ। ਬਰਾ ਚੈੱਕ ਕਰ ਲਵਨ, ਅਗਲੀ ਸਾਈਡ ਦਾ ਥਣ ਚੈੱਕ ਕਰਾ ਦੇਵਾਂ ਬਰਾਵਾਂ ਨੂੰ। ਮਾਸ਼ਾਅੱਲਾ ਸੋਹਣਾ ਥਣ, ਮੁੱਠ ਭਰ ਲੱਗਾ ਹੋਇਆ ਸਿਰੂ ਮਾਸ਼ਾਅੱਲਾ। ਜੈਨਮੈਨ ਗੋਨੀ ਟੋਪੀ ਨਿਕਲੀ ਮਾਸ਼ਾਅੱਲਾ ਸਿਰ ਦੀ, ਚੈੱਕ ਕਰ ਲੈਣਾ, ਚੈੱਕ ਕਰ ਲੈਣਾ। ਵੱਡਾ ਕੱਦ, ਦੂਸਰਾ ਸੂਆ, ਪਹਿਲੇ ਸੂਏ ਦਾ ਮਿਲਕਿੰਗ ਰਿਕਾਰਡ 20-21 ਕਿਲੋ। ਹੁਣ ਮਾਸ਼ਾਅੱਲਾ ਦੂਸਰਾ ਸੂਆ ਸੂਈ ਹੈ ਇਸ ਟਾਈਮ ਮੌਕੇ ਤੇ ਇਹਦੇ ਕੋਲ ਮਾਸ਼ਾਅੱਲਾ। ਹਾਫਿਜ਼ ਜੀ ਪੱਕਾ ਦੁੱਧ ਕਿੰਨਾ ਤੂੰ ਚੋਈ ਹੈ? 18 ਕਿਲੋ 18 ਕਿਲੋ ਮਾਸ਼ਾਅੱਲਾ ਦੇ ਥੱਲੇ ਦੁੱਧ ਹੈ, 18 ਕਿਲੋ ਦੁੱਧ। ਗਰੀਬ ਘਰ ਤੋਂ ਆਈ ਮਾਸ਼ਾਅੱਲਾ, ਵੱਛੀ ਚੈੱਕ ਕਰੋ। ਅਗਰ ਮਾਂ ਕੋਲ ਦੁੱਧ ਹੈ ਤੇ ਵੱਛੀ ਪਲੀ ਹੋਈ ਹੈ ਨਾ ਮੇਰੇ ਭਰਾ ਵੀਰ, ਸਮਝਦੇ ਨਾ? ਅਗਰ ਮਾਂ ਕੋਲ ਦੁੱਧ ਹੈ ਤੇ ਵੱਛੀ ਤਾਂ ਕਰਕੇ ਪਲੀ ਹੋਈ ਹੈ, ਨਹੀਂ ਤੇ ਬੱਚਾ ਹਮੇਸ਼ਾ ਕਮਜ਼ੋਰ ਹੁੰਦਾ ਜਿਹੜੀ ਮਾਂ ਦਾ ਦੁੱਧ ਨਹੀਂ ਹੁੰਦਾ। ਹਾਫਿਜ਼ ਜੀ ਕੱਢੋ ਬਾਹਰ, ਵੱਛੀ ਵੀ ਛੱਡ, ਮੁਸਫਤ ਛੱਡੋ ਬਾਹਰ, ਚੈੱਕ ਕਰਾਓ। ਟੋਰ ਫੇਰ ਕੇ ਤਸੱਲੀਆਂ ਉਸਨ, ਰੇਟ ਦੀ ਗੱਲਬਾਤ ਉਸੀ। ਜੋੜਾ ਰੈਡ ਫਰੀਜ਼ੀਅਨ ਮਾਸ਼ਾਅੱਲਾ ਆ ਗਿਆ, ਮਾਵਾਂ ਦੀਆਂ ਰੈਡ ਫਰੀਜ਼ੀਅਨ। ਇਨਸ਼ਾਅੱਲਾ ਕਿਹੜਾ ਬਰਾਲ ਜਾਸੀ, ਯਾਦ ਕਰਸੀ ਕਿ ਭਾਈ ਫਰਾਜ਼ ਕੋਲੋਂ ਤੋਹਫਾ ਲੈ ਕੇ ਆਇਆ ਹੈ ਇਨਸ਼ਾਅੱਲਾ, ਤਾਂ ਕਿ ਮਾਸ਼ਾਅੱਲਾ ਗਾਂ ਕੋਲ ਦੁੱਧ ਹੀ ਬਹੁਤ ਜ਼ਿਆਦਾ ਹੈ ਮਾਸ਼ਾਅੱਲਾ, ਨਜ਼ਰ ਆ ਜਾਂਦੀ ਚੀਜ਼ ਥਣ ਮਾਸ਼ਾਅੱਲਾ ਚੰਗਾ, ਅੱਗੇ ਪਿੱਛੇ ਪੱਕਾ ਵਾਨਾ ਦੁੱਧ ਵਾਲਾ। ਲੈ ਚੱਲੋ, ਲੈ ਚੱਲੋ, ਕੱਢੋ ਬਾਹਰ, ਲੈ ਚੱਲੋ। ਟੋਰ ਫੇਰ ਕੇ ਤਸੱਲੀਆਂ, ਰੇਟ ਦੀ ਗੱਲਬਾਤ, ਲੈ ਚਲੋ ਚਾਲ ਫੇਰ। ਇੱਕ ਇੱਕ ਚੀਜ਼ ਮੇਰੇ ਭਰਾਵਾਂ ਨੂੰ ਕਰੋ ਕਲੀਅਰ। ਇੱਧਰ ਹੀ ਭਾਵੇਂ ਕੱਢਾ ਧੁੱਪੇ, ਵੇਖ ਲਾ ਕਿਹੜੀ ਸਾਈਡ ਦਾ ਧੁੱਪ ਹੈ, ਉੱਧਰ ਕੱਢ ਲਵੀਂ ਜਿਹਦੇ ਧੁੱਪ ਹੋਵੇ, ਆਪਾਂ ਨੂੰ ਧੁੱਪ ਨਾਲ ਗਰਜ਼ ਹੈ। ਟੋਰ ਫੇਰ ਕੇ ਤਸੱਲੀਆਂ ਕਰਵਾਓ, ਫਿਰ ਕਰਨੇ ਰੇਟ ਦੀ ਗੱਲ। ਲਓ ਜੀ ਦੋਸਤੋ ਚਾਲ ਫੇਰ, ਇੱਕ ਇੱਕ ਚੀਜ਼ ਚੈੱਕ ਕਰ ਲੈਣੀ ਹੈ ਮਾਸ਼ਾਅੱਲਾ। ਲਿਆ ਆਫ ਇੱਥੋਂ ਮੋੜ ਲੱਗੇ ਜਾਨਵਰ ਉਹਨਾਂ ਦੇ ਖਲੇ। ਵੱਛੀ ਮਾਸ਼ਾਅੱਲਾ ਬੜੀ ਖੂਬਸੂਰਤ ਰੈਡ ਫਰੀਜ਼ੀਅਨ ਵੱਛੀ, ਚੈੱਕ ਕਰੋ। ਜਿਹੜਾ ਬਰਾਲ ਜਾਸੀ, ਯਾਦ ਕਰ ਸੀ ਕਿ ਰੈਡ ਫਰੀਜ਼ਨ ਵੱਛੀ ਮਾਸ਼ਾਅੱਲਾ ਭਾਈ ਫਰਾਜ਼ ਕੋਲ ਲਿਆਂਦੀ ਹੈ, ਦਿਲ ਖੁਸ਼ ਹੋਇਆ। ਮਾਵਾਂ ਦੀਆਂ ਮਾਸ਼ਾਅੱਲਾ ਰੈਡ ਫਰੀਜ਼ੀਅਨ ਆ ਗਈਆਂ, ਇਹ ਚੈੱਕ ਕਰ ਲੈਣਾ। ਚਾਲ ਫੇਰ, ਇੱਕ ਇੱਕ ਚੀਜ਼ ਮੇਰੇ ਭਰਾਵਾਂ ਦੀ ਨਜ਼ਰ। ਹਵਾਨਾ ਸੋਹਣਾ, ਸ਼ਾਮ ਨੂੰ ਮਾਸ਼ਾਅੱਲਾ ਹਵਾਨਾ ਇੰਨਾ ਹੀ ਹੋਰ ਹੁੰਦਾ ਹੈ, ਚੁਆਈ ਦਾ ਟਾਈਮ ਨਹੀਂ ਹੈ, ਚੁਆਈ ਦਾ ਟਾਈਮ ਨਹੀਂ ਹੈ, ਹਵਾਨਾ ਇੰਨਾ ਹੀ ਹੋਰ ਹੋਏਗਾ। ਕੱਦ ਚੰਗਾ, ਵੇਲ ਚੰਗੀ, ਸਿਰੂ ਜੈਨਮੈਨ ਗੋਨੀ, ਪਿੱਛੇ ਵੱਛੀ ਮਾਸ਼ਾਅੱਲਾ ਰੈਡ ਫਰੀਜ਼ੀਅਨ। ਬਰੀਡ ਐਵਰ, ਨਸਲ ਕਸ਼ੀ ਵਾਸਤੇ ਮਾਸ਼ਾਅੱਲਾ ਬਿਹਤਰੀਨ, ਇਹ ਚੈੱਕ ਕਰੋ।
ਲੈ ਚਲੋ ਡੇਰੇ ਤੇ ਕਰੀਏ ਡਿਮਾਂਡ, ਡਿਮਾਂਡ ਬੜੀ ਮਕੂਲ। ਲੈ ਚਲੋ ਲੈ ਚਲੋ ਡੇਰੇ ਤੇ ਲੈ ਚਲੋ। ਲਓ ਜੀ ਮਾਸ਼ਾਅੱਲਾ ਟੋਰ ਫੇਰ ਕੇ ਤਸੱਲੀਆਂ ਹੋ ਗਈਆਂ ਨੇ। ਰੇਟ ਦੀ ਗੱਲਬਾਤ ਮਾਸ਼ਾਅੱਲਾ ਕਰਸੈ, ਰੇਟ ਬੜਾ ਮਕੂਲ, 18 ਕਿਲੋ ਦੁੱਧ ਪਿੱਛੇ ਵੱਛੀ। ਚੈੱਕ ਕਰ ਲਵਣ ਭਰਾ ਵੀਰ, ਕਰੀਏ ਦੋਸਤੋ ਡਿਮਾਂਡ ਦੀ ਗੱਲ, 390,000 ਰੁਪਏ ਰੈਡ ਫਰੀਜ਼ਿੰਗ ਜੋੜਾ, 390,000 ਰੁਪਏ ਕਿਸੇ ਬਰਾ ਦਾ ਦਿਲ ਕਰੇ ਉਤਲੇ 90,000 ਦੀ ਵੱਛੀ ਮੇਰੀ, ਇਹ ਉਤਲੀ ਵੱਛੀ 90,000 ਦੀ ਮੇਰੀ, ਚੈੱਕ ਕਰ ਲੈਣਾ ਕਿਸੇ ਬਰਾ ਦਾ ਦਿਲ ਕਰੇ, ਇਹ 90,000 ਦੀ ਵੱਛੀ ਮੇਰੇ ਕੋਲ ਛੱਡ ਜਾਵੇ, 3,00,000 ਰੁਪਏ ਦੀ ਗਾਂ ਕਿਹੜਾ ਬਰਾ ਕਹਿੰਦਾ ਮਹਿੰਗੀ ਹੈ। ਚੈੱਕ ਕਰਨਾ ਰੈਡ ਫਰੀਜ਼ਿੰਗ ਮਾਸ਼ਾਅੱਲਾ 18 ਕਿਲੋ ਦੁੱਧ, 390,000 ਰੁਪਏ ਡਿਮਾਂਡ ਹੈ, ਜਿਹਦੇ ਵਿੱਚੋਂ ਪਿਆਰ ਮੁਹੱਬਤ ਦੇਦ ਲਿਆਸ ਖਸੂਸੀ ਡਿਸਕਾਊਂਟ ਹੋ ਜਾਏਗਾ। ਮੁਸਫਾ ਅੱਗੇ ਟੋਰ ਲੈ ਗਾਂ ਨੂੰ, 390,000 ਰੁਪਏ ਡਿਮਾਂਡ ਹੈ, ਬਾਰ ਬਾਰ ਟੋਰ ਫੇਰ ਕੇ ਤਸੱਲੀਆਂ ਹੋ ਰਹੀਆਂ ਨੇ ਮੇਰੇ ਭਰਾ ਵੀਰ, ਚੈੱਕ ਕਰ ਲਵਣ ਇੱਕ ਇੱਕ ਚੀਜ਼ ਕੈਮਰੇ ਦੀ ਨਜ਼ਰ, 390,000 ਰੁਪਏ ਜਿਹਦੇ ਵਿੱਚੋਂ ਮਾੜਾ ਮੋਟਾ ਪਿਆਰ ਮੁਹੱਬਤ ਹੋ ਜਾਏਗਾ, ਜ਼ਿਆਦਾ ਕੋਈ ਨਹੀਂ, ਕਿਸੇ ਭਰਾ ਵੀਰ ਦੇ ਪਸੰਦ ਆਵੇ। ਰਾਬਤਾ ਨੰਬਰ 0300-8754-743, ਵਟਸਐਪ ਨੰਬਰ ਵੀ ਇਹੀ ਹੈ ਜੀ, ਲੋਕਲ ਨੰਬਰ ਵੀ ਇਹੀ ਹੈ। ਇਨਸ਼ਾਅੱਲਾ ਦੋਸਤੋ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਆਪਣੇ ਫਰਜ਼ ਦੋਸਤ ਨੂੰ ਦਿਓ ਇਜਾਜ਼ਤ, ਅੱਲਾ ਨਿਗਹਬਾਨ।